ਸ਼ਿਫਟ ਕਰਨ ਨੂੰ ਲੈ ਕੇ ਖਰੜ ਨਗਰ ਕੌਂਸਲ ਨੇ ਦਰਪਨ ਸਿਟੀ ਦੇ ਲੋਕਾਂ ਨੂੰ ਮੀਟਿੰਗ ਦੇ ਲਈ ਸੱਦਿਆ ਸੀ। ਸਟੇਟ ਅਫਸਰ ਅਤੇ ਨਗਰ ਕੌਂਸਲ ਪ੍ਰਧਾਨ ਦੇ ਨਾਲ ਦਰਪਨ ਸਿਟੀ ਦੇ ਨਿਵਾਸੀਆਂ ਦੀ ਮੀਟਿੰਗ ਹੋਈ। ਨਗਰ ਕੌਂਸਲ ਨੇ ਲੋਕਾਂ ਨੂੰ ਯਕੀਨ ਦਵਾਇਆ ਕਿ ਡੰਪਿੰਗ ਗਰਾਊਂਡ ਇੱਥੋਂ ਦੀ ਹਟਾ ਲਿਆ ਜਾਵੇਗਾ। ਨਗਰ ਕੌਂਸਲ ਮੁਤਾਬਕ 26 ਅਗਸਤ ਨੂੰ ਹੋਣ ਵਾਲੀ ਮੀਟਿੰਗ ਤੋਂ ਬਾਅਦ ਡੰਪਿੰਗ ਗਰਾਊਂਡ ਨੂੰ ਸ਼ਿਫਟ ਕਰ ਲਿਆ ਜਾਵੇਗਾ। ਵਿਦੇਸ਼ ਦੇ ਵਿੱਚ ਇੱਕ ਵਾਰ ਮੁੜ ਤੋਂ ਸਿੱਖ ਭਾਈਚਾਰੇ ਨੂੰ ਗਲਤ ਪਛਾਣ ਦੀ ਵਜ੍ਹਾ ਕਰਕੇ ISIS ਦਹਿਸ਼ਤਗਰਦੀ ਜਥੇਬੰਦੀ ਦੇ ਨਾਲ ਤੁਲਨਾ